ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ। ਲੁਧਿਆਣਾ ਦੇ ਕੁਝ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜਿੱਥੇ ਇਹ ਨੌਜਵਾਨ ਸ਼ਰਾਬ ਪੀ ਕੇ ਹੰਗਾਮੇ ਕਰ ਰਹੇ ਹਨ, ਉੱਥੇ ਹੀ ਸਿੱਖ ਕੌਮ ਦੀ ਧੱਜੀਆਂ ਉਡਾਉਂਦੇ ਹੋਏ ਜੋ ਬੋਲੇ ਸੋਨੇ ਹਾਲ ਦੇ ਨਾਰੇ ਵੀ ਲਗਾ ਰਹੇ ਹਨ। ਇਹ ਵੀਡੀਓ ਜਦੋਂ ਸਿੱਖ ਕੌਮ ਦੇ ਲੋਕਾਂ ਕੋਲ ਪਹੁੰਚੀ ਤਾਂ ਉਹਨਾਂ ਵਿੱਚ ਰੋਸ਼ ਦੀ ਲਹਿਰ ਫੈਲ ਗਈ ਅਤੇ ਹੁਣ ਉਹ ਸਿੱਖ ਧਰਮ ਦੇ ਲੋਕ ਪ੍ਰਦਰਸ਼ਨ ਕਰਦੇ ਹੋਏ ਇਹਨਾਂ ਨੌਜਵਾਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਲੁਧਿਆਣਾ ਪੰਜਾਬ ਦਾ ਹੀ ਇੱਕ ਸ਼ਹਿਰ ਹੈ ਜਿੱਥੇ ਸਿੱਖ ਕੌਮ ਵਸੀ ਹੋਈ ਹੈ ਤੇ ਲੁਧਿਆਣਾ ਨਿਵਾਸੀ ਹੀ ਸ਼ਰਾਬ ਪੀ ਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਕੁਝ ਨੌਜਵਾਨ ਆਪਸ ਵਿੱਚ ਮਸਤੀ ਤਾਂ ਕਰ ਹੀ ਰਹੇ ਹਨ, ਪਰ ਮਸਤੀ ਵਿੱਚ ਉਹ ਸ਼ਾਇਦ ਇਹ ਭੁੱਲ ਗਏ ਕਿ ਉਹ ਕੀ ਬੋਲ ਰਹੇ ਹਨ। ਹਾਸਾ ਮਖੌਲ ਕਰਦੇ ਇਸ ਵੀਡੀਓ ਨੂੰ ਬਣਾਉਣਾ ਇਹਨਾਂ ਨੌਜਵਾਨਾਂ ਨੂੰ ਹੁਣ ਮਹਿੰਗਾ ਪੈ ਰਿਹਾ ਹੈ। ਸਿੱਖ ਸੰਗਤਾਂ ਸੜਕਾਂ ਤੇ ਉਤਰ ਆਈਆਂ ਹਨ ਤੇ ਸਿੱਖ ਧਰਮ ਦਾ ਮਜ਼ਾਕ ਬਣਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਸ਼ਹਿਰ ਵਿੱਚ ਕਿਸੇ ਵੀ ਪ੍ਰਕਾਰ ਦੀ ਵਾਇਲੈਂਸ ਨੂੰ ਕੰਟਰੋਲ ਕਰਨ ਲਈ ਮੌਕੇ ਤੇ ਪੁਲਿਸ ਮੌਜੂਦ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰ ADCP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿੱਥੋਂ ਡਿਵਰਸ਼ਨ ਦੇਣੀਆਂ ਸੀਗੀਆਂ ਸਾਰੀਆਂ ਦੇਤੀਆਂ। ਕਿੰਨੀ ਦੇਰ ਤੱਕ ਹਟਾਇਆ ਜਾਏਗਾ? ਇਹ ਬਸ ਇਹਨਾਂ ਨੂੰ ਕਿਹਾ ਆਪਣੇ ਸਾਨੂੰ ਰਿਟਰਨ 'ਚ ਦੇ ਰਹੇ ਨੇ ਇਹ ਅਤੇ ਨਾਲ ਹੀ FIR ਰਜਿਸਟਰ ਕਰ ਦੇਣੀ ਹੈ। ਕਿਹੜੇ ਰੋਡ ਜਾਮ ਕਰ ਰਹੇ, ਕੋਈ ਕਾਰਵਾਈ ਵੀ ਹੋਏਗੀ? ਉਹ ਅਸੀਂ ਬਾਅਦ 'ਚ ਦੇਖਾਂਗੇ, ਕਿਉਂਕਿ ਲੋਕ ਕਾਫੀ ਸਫ਼ਰ ਕਰ ਰਹੇ ਨੇ। ਕੋਈ ਐਂਬੂਲੈਂਸ ਵਗੈਰਾ ਹੈਗੀ ਆ ਤਾਂ ਅਸੀਂ ਉਹਨਾਂ ਨੂੰ ਪਿੱਛੋਂ ਹੀ ਡਿਵਰਸ਼ਨ ਦੇ ਕੇ ਕੱਢ ਰਹੇ ਹਾਂ, ਪਰ ਫਿਰ ਵੀ ਲੋਕਾਂ ਨੂੰ ਮਤਲਬ ਇਸ ਤਰ੍ਹਾਂ ਦਾ ਜਾਮ 'ਚ ਪ੍ਰੋਬਲਮ ਤਾਂ ਆਉਂਦੀ ਹੈ। ਦਿਨ ਭਰ ਦੀਆਂ ਹੋਰ ਖ਼ਬਰਾਂ ਲਈ ਦੇਖਦੇ ਰਹੋ ਵਿਰਸਾ ਲਾਈਵ ਟੀਵੀ ਅਤੇ ਹੋਰ ਜਾਣਕਾਰੀ ਲਈ ਸਾਡੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।